ਜੀ ਜਿਹਾ ਭਾਈ, ਅੱਜ ਅਸੀਂ ਕਿੱਥੇ ਆਏ ਹਾਂ? ਆਹੋ ਜੀ, ਮੈਂ ਸੁਣਿਆ ਤੇ ਬੜਾ ਸੀ ਕਿ ਹੈਡ ਬੰਬਾ ਵਾਲਾ, ਹੈਡ ਬੰਬਾ ਵਾਲਾ, ਤੇ ਅੱਜ ਵੇਖ ਵੀ ਲਿਆ, ਤੁਹਾਡੀ ਮਿਹਰਬਾਨੀ, ਤੁਸਾਂ ਜਨਾਬ ਸਾਨੂੰ ਵਿਖਾ ਦਿੱਤਾ। ਇੱਥੇ ਬੰਬ ਬਣਦੇ ਰਹੇ ਨੇ, ਬੰਬ ਨਹੀਂ, ਡਿੱਗਦੇ ਰਹੇ ਜਿਸ ਨੇ, ਇਲਾਕੇ ਦਾ ਨਾਮ ਆਏ ਹੋਏ ਬੰਬਾਂ ਵਾਲੇ ਇਲਾਕੇ ਦਾ ਨਾਂ ਹੀ ਬੰਬ। ਇੱਥੇ ਕੀ ਕੋਈ ਘਰ ਘਰ ਬੰਬ ਜੰਮਦੇ ਹਨ ਬਈ? ਵਾਹ, ਇੱਥੇ ਤੇ ਨਹਿਰਾਂ ਹੀ ਬੜੀਆਂ ਨੇ। ਉੱਪਰ ਚਨਾਬ ਨਹਿਰ ਤੇ ਉਹ ਵਾਲੀ ਕਿਹੜੀ ਨਹਿਰ ਭਾਜੀ? ਹੋਰ ਡਸਕੇ ਨਹਿਰ ਜਾਂਦੀ ਡਸਕਾ ਜੀ ਨੂੰ BRP ਵੀ ਕਹਿੰਦੇ ਐ ਭਾਜੀ। ਨਹਿਰ ਚ ਉੱਪਰ ਚਨਾਬ ਉੱਪਰ ਜਿਹੜੀ ਚਨਾਬ ਲੰਦੀਪੁਰ ਨਹਿਰ ਚ ਮਜ਼ੇ ਦੀ ਗੱਲ ਦੱਸੀ, ਇੱਥੇ ਆਮ ਲੋਕਾਂ ਨੂੰ ਨਹੀਂ ਪਤਾ, ਪਿਕਨਿਕ ਪੁਆਇੰਟ ਵੀ ਇੱਕ ਹਿਸਾਬ ਨਾਲ ਗਰਮੀ ਚ ਫੈਮਿਲੀਆਂ ਆ ਰਹੀਆਂ ਨੇ, ਠੀਕ ਹੈ ਨਾ। ਤੇ ਇੱਕ ਹੋਰ ਇੱਥੇ ਹੈਡ ਬੰਬਾ ਵਾਲਾ ਦੀ ਮਸ਼ਹੂਰ ਜਨਾਬ ਕੁਲਫੀ ਹੈ, ਲੋਕਾਂ ਨੂੰ ਕੁਲਫੀਆਂ ਦੇ ਬੜੇ ਬੜੇ ਨੇ। ਮਸ਼ਹੂਰ ਕਿਹੜੀ ਹੈ? ਉਹ ਜਿਵੇਂ ਰਾਹ ਵਾਲੀ ਚਾਹੀਦਾ ਨਾ, ਉਹ ਕਹਿੰਦੇ ਨੇ ਜੀ ਮਸ਼ਹੂਰ ਰਾਹ ਵਾਲੀ ਕੁਲਫੀ, ਉਹ ਵੀ ਗੁਆਚ ਗਈ। ਮਸ਼ਹੂਰ ਅਸਲੀ ਕਿਹੜੀ ਹੈ? ਅਸਲੀ ਕੋਈ ਵੀ ਨਹੀਂ ਰਿਹਾ, ਸਭ ਨੇ ਅਸਲੀ ਨਾਲ ਲਿਖੇ ਆ, ਚਲੋ ਕਿ ਲੱਭੀਏ ਆ ਕੇ ਕੁਲਫੀ ਜ਼ਰਾ। ਲੇਕਿਨ ਚਲੋ ਅਸਲੀ ਹੈ ਕੋਈ ਨਹੀਂ ਜੀ। ਵੇਖੋ ਜਿਆ ਸਾਹਿਬ, ਅਸੀਂ ਆਏ ਹਾਂ ਤੇ ਮਗਰਬੀ ਸਾਈਡ ਤੇ ਬੜਾ ਸੋਹਣਾ ਜਿਹਾ ਡੇਰਾ, ਪੁਰਾਣਾ ਸ਼ਾਇਦ ਕੋਈ ਰੈਸਟ ਹਾਊਸ ਹੁੰਦਾ ਸੀ ਕਿਸੇ ਵੇਲੇ ਚ। ਮਸਜਿਦ ਵੀ ਜੀ, ਮਸਜਿਦ ਇਹ ਮੇਨ ਹੈ ਜੀ। ਇਹ ਵੇਖੋ ਨਾ ਤੁਸੀਂ, ਮਜ਼ੇ ਦੀ ਗੱਲ ਹੈ, ਅੰਬਾਂ ਦਾ ਬੂਟਾ ਹੈ ਮੇਰੇ ਹਿਸਾਬ ਨਾਲ, ਤੁਹਾਡਾ ਕੀ ਅੰਦਾਜ਼ਾ ਆਉਂਦਾ? ਅੰਬ ਹੀ ਹੈ, ਤੇ ਕਿਉਂਕਿ ਇਸ ਇਲਾਕੇ ਚ ਇੰਨੀ ਗਰਮੀ ਨਹੀਂ ਪੈਂਦੀ ਹੈ ਤੇ ਅੰਬ ਉਸ ਤਰ੍ਹਾਂ ਨਹੀਂ ਹੁੰਦੇ ਹੈ ਜਿਸ ਤਰ੍ਹਾਂ ਮੁਲਤਾਨ ਦੇ ਇਲਾਕੇ ਚ ਹੁੰਦੇ ਨੇ। ਨਾਲੇ ਬਹਿਣ ਵਾਸਤੇ ਜਗ੍ਹਾ ਬਣੀ ਹੈ ਨਾ, ਛਾਂ ਚ ਗਰਮੀ ਚ ਤੁਸੀਂ ਆਉਂਦੇ ਹੋ ਇੱਥੇ ਬਹਿ ਸਕਦੇ ਹੋ, ਜਿਸ ਤਰ੍ਹਾਂ ਲੋਕ ਬੈਠੇ ਵੀ ਨੇ। ਗਰਮੀ ਅੱਜ ਦਾ ਕੰਮ ਹੈ ਕਿਉਂਕਿ ਬੱਦਲ ਛੱਤਲ ਚ ਬਣੇ ਆ ਅਸੀਂ। ਬੜੀ ਪਿਆਰੀ ਜੀ ਜਗ੍ਹਾ, ਅੰਬਾਂ ਦੇ ਬੂਟੇ ਵੇਖੋ ਲੱਗੇ ਚਾਰ ਪੰਜ ਨੇ। ਇੱਥੇ ਪੱਖੇ ਦੀ ਲੋੜ ਹੈ ਨਾ, AC ਦੀ ਲੋੜ ਹੈ, ਮਾਹੌਲ ਦੀ। ਪਰ ਵੀ ਕੋਈ ਆਬਪਾਸ਼ੀ ਮਹਿਕਮੇ ਦੇ ਕੋਈ ਦਫ਼ਤਰ ਸ਼ਫਤਰ ਪੁਰਾਣੇ ਲੱਗਦੇ ਨੇ। ਲਾਹਰੇ ਵੇਖੋ ਹੁਣ ਹੈਡ ਬੰਬਾਂ ਵਾਲਾ ਵਕਤ ਜਿਹੜਾ, ਅਮਲਾ ਵੀ ਤਾਂ ਡਿਊਟੀ ਤੇ ਹੋਣਾ ਜ਼ਰੂਰੀ ਹੈ। ਉਹ ਰੈਸਕਿਊ ਵਾਲਿਆਂ ਨੇ ਵੀ ਇੱਕ ਮੋਟਰਸਾਈਕਲ ਖਲੋਤੀ ਤੇ ਪਾ ਦਿੱਤੀ ਇਨ ਕੇਸ ਆਫ ਐਮਰਜੈਂਸੀ। ਅੱਛੀ ਬਾਤ ਹੈ ਜੀ। ਰਸਤਾ ਵੇਖੋ, ਇਹ ਵੀ ਰਸਤਾ ਤਰ੍ਹਾਂ ਨਾਲ ਬੋਰੇ ਠੰਡਾ, ਉਸ ਰਸਤੇ 'ਚ ਅਸੀਂ ਆਏ ਹਾਂ ਉਹ ਵੀ ਇਸੇ ਤਰ੍ਹਾਂ ਹੀ ਹੈ। ਬਾਕੀ ਅਗਰ ਗੱਲ ਕਰੀਏ, ਆਹੋ ਜੀ ਜਗ੍ਹਾ ਠੀਕ ਹੈ, ਗਰਮੀ 'ਚ ਆ ਕੇ ਬੰਦਾ ਦਿਲ ਬਹਿਲਾ ਸਕਦਾ, ਨਹਾਉਣ ਵਾਲੀ ਵੀ ਜਗ੍ਹਾ ਹੈ ਜੀ। ਛੋਟੇ ਸੋਏ ਦੇ ਨਾਲ ਬੜੀ ਸੋਹਣੀ ਜੀ ਜਗ੍ਹਾ, ਉੱਥੇ ਠੰਡਾ ਪਾਣੀ। ਚਲੋ ਜਰਾ ਟਾਰਗੇਟ ਆਪਣਾ ਲੱਭੀਏ, ਕੋਈ ਕੁਲਫੀ ਸ਼ੁਲਫੀ ਖਾਈਏ। ਬੰਬਾ ਵਾਲੀ ਜਾਂਦਾ ਲੱਭੀਏ ਕੋਈ ਜਾ। ਹਾਂਜੀ ਜਾ ਭਾਈ, ਕਹਿੰਦੀ ਕੁਲਫੀ ਕੁਲਫੀ ਯਾਰ ਆ ਜਿਹੜੀ ਬੰਦੇ ਨੂੰ ਖਿਲਾਈ ਹੈ ਨਾ, ਸੁਣਿਆ ਬਾਹਰ ਕੁਲਫੀ ਅੱਛੀ ਬਣਾਈ ਹੈ ਤਲਹਾ ਮਨੀਰ, ਇਹਨਾਂ ਕੋਲ ਕੁਲਫੀ ਜਿਹੜਾ ਠੀਕ ਹੈ। ਸਾਲਾ ਵਾਲਾ ਵੀ ਕੁਲਫੀ